ਪ੍ਰਸ਼ਾਸਨ ਮੁਰਦਾਬਾਦ, ਗੈਰ ਖਲਨ ਮੁਜ਼ਮਮ ਮੁਰਦਾਬਾਦ, ਜ਼ਿੰਦਗੀ ਮੁਰਦਾਬਾਦ, 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 ਮੁਰਦਾਬਾਦ। ऊना संतोषगढ़ रोड स्थित कई गांव के लोग मिट्टी के अवैध खनन और उसकी बेतरतीब तरीके से की जा रही ढुलाई के कारण भारी मुसीबत से जूझने को मजबूर हो चुके हैं। बुधवार को ग्रामीणों ने इसके विरोध में संतोषगढ़ रोड स्थित जनकोर और पेखुबेला में सीमा पर विरोध प्रदर्शन किया। ग्रामीणों ने चेतावनी दी है कि यदि जिला प्रशासन और खनन विभाग ने इस माइनिंग पर शिकंजा नहीं कसा तो उन्हें मजबूर होकर सड़क जाम करने की योजना पर अमल करना पड़ेगा, जिसकी पूरी जिम्मेदारी जिला प्रशासन और संबंधित विभाग की होगी। मुश्किल है कि नाला इतने सानू मिट्टी बहुत अंदर तंग कर दी पई है, सारे असी झाड़ू मार मार करते, ना असी कणक सुका सकते, ना असी कपड़ा सुका सकते। इतने दूजा कि हुण सानू तां प्रॉब्लम ही आ गई इहदी ਦਮੇ ਦੀ, ਸਮਝ ਲਓ ਤੁਸੀਂ। ਸਾਹ ਜਦ ਗੱਲ ਕਰਦੇ ਤਾਂ ਉਸ ਵੇਲੇ ਸਾਨੂੰ ਬੜੀ ਔਖੀ ਨਾਲ ਅਸੀਂ ਸਾਹ ਲੈਂਦੇ ਹਾਂ। ਉੱਪਰ ਦੇ ਅਸੀਂ ਮਕਾਨ ਪਾਇਆ, ਸਾਡੇ ਮਕਾਨ ਨੂੰ ਤੇੜਾਂ ਅਸੀਂ ਰੱਜ ਮਿੰਨਤਾਂ ਕੀਤੀਆਂ ਵੀ ਟਿੱਪਰ ਬੰਦ ਕਰ ਦੇਣਾ, ਟਿੱਪਰ ਨਹੀਂ ਬੰਦ ਕੀਤੇ। ਅਸੀਂ ਨਵਾਂ ਮਕਾਨ ਹੈ, 5-6 ਲੱਖ ਰੁਪਈਏ ਲਾਇਆ, ਮੁੜ ਕੇ ਫਿਰ ਤੇੜਾਂ ਆ ਗਈਆਂ। ਸਾਡੇ ਮਕਾਨ ਨੂੰ ਵੀ ਦੇਖਣਾ ਤੁਸੀਂ ਆ ਗਏ ਬਸ। ਬਾਕੀ ਸ਼ਿਕਾਇਤ ਅਸੀਂ ਕੀਤੀ, ਅਸੀਂ ਆਪਣੇ ਭਾਈਬੰਦੀ ਨਾਲ ਨਹੀਂ ਕੀਤੀ। ਹੁਣ ਜਦ ਨਹੀਂ ਅਗਲੇ ਹਾਲੇ ਤਾਂ ਅਸੀਂ ਸ਼ਿਕਾਇਤ ਅਸੀਂ ਤੁਹਾਨੂੰ ਹੀ ਕਹਿਣਾ ਸੀਗਾ, ਹੋਰ ਕਿਹਨੂੰ ਕਹਿਣਾ ਅਸੀਂ। ਆਪਾਂ ਇਸ ਮੁਹੱਲੇ ਦੇ ਵਾਸੀ ਹਾਂ, ਸਾਡੇ ਭਾਈਚਾਰਾ, ਸਾਡੇ ਭਾਈ ਇੱਥੇ ਰਹਿੰਦੇ ਆ। ਮਹੱਲਾ ਨਵੀਂ ਆਬਾਦੀ ਪੇਖੂ ਦੇ ਬੇਲਾ ਨੇੜੇ, ਸ਼ਾਹਪੁਰ ਪੰਪ ਦੇ ਨੇੜੇ ਦੇ ਆਬਾਦੀ ਦੀ ਗੱਲ ਕਰ ਰਹੇ ਅਸੀਂ ਜੀ। ਇੱਥੇ ਮਾਈਨਿੰਗ ਵਾਲੇ ਜਿਹੜੀ ਮਿੱਟੀ ਲੈ ਕੇ ਜਾਂਦੇ ਆ, ਉਹ ਜਦ ਇੱਥੇ ਦੇ ਕ੍ਰੋਸ ਕਰਦੇ ਆ, ਸੜਕ ਦਾ ਉੱਪਰ 3-3, 2-2-3 ਫੁੱਟ ਮਿੱਟੀ ਚੜ੍ਹੀ ਹੋਈ ਹੈ। ਜਦ ਕੋਈ ਇੱਥੇ ਦੇ ਕ੍ਰੋਸ ਕਰਦਾ ਹੈ ਤਾਂ ਉਹ ਬੜੇ ਮੁਸ਼ਕਲ ਦੇ ਨਾਲ ਇੱਥੇ ਦੇ ਕ੍ਰੋਸ ਕਰਦਾ। ਇੱਥੇ 2-3 ਵਾਰੀ ਐਕਸੀਡੈਂਟ ਵੀ ਹੋ ਗਿਆ, ਜਿਹਨਾਂ ਕਰਕੇ ਬੰਦੇ ਦੇ ਸਿਰ ਵੀ ਪਾਟੇ ਆ, ਲੱਤਾਂ ਵੀ ਟੁੱਟੀਆਂ ਕਈਆਂ 2-3 ਦੀਆਂ। ਅਸੀਂ ਉਹਨਾਂ ਨੂੰ 2-3 ਵਾਰੀ ਇਨਫੋਰਮੇਸ਼ਨ ਦਿੱਤੀ ਹੈ ਵੀ ਜੇ ਤੁਸੀਂ ਇੱਥੇ ਦੀ ਮਿੱਟੀ ਚੱਕਣੀ ਹੈ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਆਹ ਘੱਟੋ ਘੱਟ ਰਸਤਾ ਤਾਂ ਕੇ ਦੇਖੋ। ਜਦ ਮੜੀ ਜੇ ਇੱਥੇ ਵਰਖਾ ਪੈਣੀ ਆ, ਪਾਣੀ ਦੀ ਸਲਿਪਿੰਗ ਇੰਨੀ, ਮੋਟਰਸਾਈਕਲਾਂ ਦੀ, ਸਕੂਟਰ ਦੀ ਸਲਿਪਿੰਗ ਹੁੰਦੀ ਹੈ ਕਿ ਰਹਿ ਲੱਭਦਾ ਨਾ। ਅਸੀਂ 2-3 ਵਾਰੀ ਕਹਿਣ ਦੇ ਬਾਵਜੂਦ ਵੀ ਸਾਡਾ ਕੋਈ ਸੁਣਦਾ ਨਹੀਂ ਹੈ। ਉੱਧਰ ਨਜ਼ਦੀਕ ਸਾਡੇ ਘਰ ਪੈਂਦੇ ਆ, ਜਿਸ ਵਕਤ ਇੱਥੇ ਇੰਡੀਅਨ ਆਇਲ 'ਚ ਮਿੱਟੀ ਚੱਕੀ ਗਈ ਤਾਂ ਇਸ ਰੋਡ ਦੇ ਉੱਪਰ ਮਜ਼ਦੂਰ ਲੱਗਦੇ ਤੇ ਸਾਰੀ ਸਫਾਈ ਕਰਦੇ ਤੇ, ਸੜਕ ਪਰ ਕੋਈ ਸਫਾਈ ਨਹੀਂ ਹੋ ਰਹੀ, ਮਿੱਟੀ 'ਚ ਲੈ ਕੇ ਬੰਦੇ ਡਿੱਗਿਆ ਕਰਦੇ, ਕਈਆਂ ਦੀਆਂ ਲੱਤਾਂ ਟੁੱਟ ਗਈਆਂ। ਇੱਥੇ ਉੱਪਰ ਇੰਨੀ ਮਿੱਟੀ ਚੱਕ ਦਿੱਤੀ ਬਿਨਾਂ ਰਿਲੀਜ਼ ਤੋਂ, ਸਾਨੂੰ ਇੱਧਰ ਮਿੱਟੀ ਸਿੱਟਣ ਔਰ ਰਿਲੀਜ਼ ਬਣਾਉਣ ਨੂੰ 6 ਮਹੀਨੇ ਦਾ ਵਕਤ ਲੱਗਿਆ, ਤਾਂ ਜਾ ਕੇ ਇੰਡੀਅਨ ਆਇਲ 'ਚ ਮਿੱਟੀ ਪਈ। ਇੱਥੇ ਜਾ ਕੇ ਉੱਪਰ ਦੇਖੋ, ਸਰਕਾਰੀ ਪੈਪਾਂ ਸਭ ਪੜ ਦਿੱਤੀਆਂ, ਬੂਟੇ ਸਾਰੇ ਪੜ ਦਿੱਤੇ, ਬਿਨਾਂ ਰਿਲੀਜ਼ ਤੇ ਮਿੱਟੀ ਕਿੱਦਾਂ ਚੱਕ ਸਕਦੇ, ਕੌਣ ਚੁਕਾ ਰਿਹਾ? ਜਹਾਂ ਪਰ ਮੁਸ਼ਕਲ ਹੈ ਕਿ ਮਿੱਟੀ ਦਾ ਜਿਹੜਾ ਪ੍ਰਸ਼ਾਸਨ ਹੈ, ਦੇਖ ਰੇਖ ਨਹੀਂ ਕੋਈ ਵੀ ਕਰਦਾ। ਸ਼ਾਮ ਨੂੰ ਸਕੂਟਰੀ ਵਾਲਾ ਆਉਂਦਾ ਕੋਈ, ਅਸੀਂ ਮੈਂ ਵੀ ਖੁਦ ਆਉਂਦੀ ਰੋਜ਼ ਦੁੱਧ ਲੈ ਗਏ, ਪਰ ਇੱਥੇ ਹੈ ਇੰਨੀ ਹੈ, ਧੂੜ 'ਚ ਲੰਘੇ ਨਹੀਂ ਹੁੰਦਾ। ਸਾਰੇ ਲੋਕਾਂ ਨੂੰ ਦਮੇ ਦੀ ਬਿਮਾਰੀ ਹੋ ਜਾਣੀ, ਜਿੱਦਾਂ ਅੰਦਰ ਇਹਨਾਂ ਦਾ ਧੂੜੋ ਧੂੜ ਹੈ, 4 ਚਪੇਰੇ ਬੈਠੀਆਂ ਭੈਣਾਂ ਮੇਰੀਆਂ ਸਾਰੀਆਂ ਹੀ, ਧੂੜੋ ਧੂੜ ਇਹਨਾਂ ਦੇ ਘਰ ਇੱਥੇ ਗਏ। ਇੱਕ ਵਾਰੀ ਧੋਖਾ ਆਉਂਦਾ, ਗੱਡੀ ਪਰ ਹੋਣ ਖੜੀ ਕੀਤੀ, ਪੂਰੀ ਧੂੜੋ ਧੂੜ ਹੈ ਭਰਿਆ ਕਰਦੀ। ਪ੍ਰਸ਼ਾਸਨ ਵਾਲਾ ਕੋਈ ਦੇਖ ਰੇਖ ਨਹੀਂ ਕਰ ਰਿਹਾ, ਸਾਰੇ ਟਿੱਪਰ ਭਰ ਭਰ ਕੇ ਜਾਂਦੇ, ਕੋਈ ਢੱਕ ਨਹੀਂ ਰਿਹਾ, ਨਾ ਕੋਈ ਦੇਖਦਾ ਨਾ ਕਹਿੰਦਾ।